ਕਹਿੰਦਾ ਕਿ ਮੌਲਵੀ ਮਰ ਗਿਆ ਹਜ਼ੂਰ ਦੀਆਂ ਗੱਲਾਂ ਕਰਦਾ ਕਰਦਾ ਉਂਝ ਵੀ ਤਾਂ ਮਰਦੇ ਪਏ ਨੇ ਦਿਲ ਦਾ ਵਾਲ ਬੰਦ ਹੋ ਗਿਆ ਐਂ ਹੁਣ ਬੰਦ ਹੋਵੇ ਹਾਂ ਕਮ ਅਜ਼ ਕਮ ਆਡੀ ਕੋਟਾ ਰੇ ਕਹ ਅਲੀ ਦੇ ਨਾਂ ਲਿਆ ਸੀ ਤਾਂ ਮੌਲਵੀ ਮਰ ਕੇ ਗਿਆ ਇੱਥੋਂ ਕੋਈ ਕਿਸੇ ਵਾਸਤੇ ਮਰਦਾ ਤੇ ਜਿਹੜਾ ਨਬੀ ਵਾਸਤੇ ਮਰੇ ਮੌਲ ਨਾ ਪਈ ਸੀ ਜੀ ਛੱਡ ਤੂੰ ਮੌਲਵੀਆਂ ਦੀਆਂ ਗੱਲਾਂ ਨਾ ਇਲਮਾਂ ਵਿੱਚ ਪਸਾ ਮੁੱਲਾ ਨਾ ਲੰਮੇ ਪੈਂਡੇ ਕਾ ਮੁੱਲਾ ਤੇ ਸਨ ਇਸ਼ਕ ਦੀ ਗੱਲ ਸੁਣਾ ਮੁੱਲਾ ਕੋਈ ਯਾਰ ਦੀ ਗੱਲ ਸੁਣਾ ਮੈਂ ਕੁਰਾਨ ਪੜ੍ਹਿਆ ਮੈਂ ਹਦੀਸ ਪੜ੍ਹੀ ਤੇ ਮੈਂ ਇਹ ਕੀਤਾ ਕੋਈ ਮੁਹੱਬਤ ਦੀ ਗੱਲ ਸੁਣਾ ਇਸ਼ਕ ਦੀ ਗੱਲ ਸੁਣਾ ਹਾਂ ਜੀ ਸਵੇਰ ਜਦੋਂ ਹੋਈ ਬਾਈ ਜਾਨ ਸੁਬਾ ਜਦੋਂ ਹੋਈ ਮੇਰੇ ਆਕਾ ਨੇ ਫਰਮਾ ਆਈਨ ਹਾਜ਼ਾ ਨਹੀਂ ਆਖਿਆ ਆਈਨ 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 ਅਲੀ ਯੁਬਨ ਅਬੀ ਤਾਲੇ ਅਲੀ ਕਿੱਥੇ ਆ ਹੌਲੀ 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 ਅਲੀ ਕਹਾਂ ਹੈ ਅਲੀ ਕਹਾਂ ਹੈ ਇਹ ਲਫ਼ਜ਼ ਜਿਹੜੇ ਅਮਜਦ ਮੁਹਤਰਮ ਅਮਜਦ ਸਾਹਿਬ ਇਹ ਲਫ਼ਜ਼ ਦੱਸਦੇ ਪੈਣ ਅਲੀ ਉਸ ਵੇਲੇ ਉੱਥੇ ਕੋਈ ਨਾ ਕੋਈ ਨਹੀਂ ਤਾਂ ਫਿਰ ਮੇਰੇ ਆਕਾ ਅਲੀ ਉੜਾ ਵੀ ਨਾ ਆ ਨਭ ਝੰਡਾ ਤੇ ਵੰਜ ਗਏ ਪਹਿਲੇ ਪੁੱਛਿਆ ਅਲੀ ਕਿੱਥੇ ਨੇ ਇਸ਼ਕ ਆਪਣੇ ਫੈਸਲੇ ਕਰਨ ਵਿੱਚ ਖੁਦ ਬੜਾ ਦਲੇਰ ਹੁੰਦਾ ਹੈ ਅਲੀ ਪਾਕ ਉੱਥੇ ਕੋਈ ਨਹੀਂ ਸੀ ਅਲੀ ਪਾਕ 125 ਕਿਲੋਮੀਟਰ ਦੂਰ ਹਨ ਫੀਤਾ ਲੈ ਕੇ ਮਾਰਿਆ ਵਿਆ ਜਗ੍ਹਾ ਮੈਂ ਦੱਸ ਦਿੰਦਾ ਸੰਤ ਫੀਤੇ ਮਾਰਨ ਦੀ ਲੋੜ ਕੋਈ ਨਹੀਂ ਨਹੀਂ ਹਾਜੀ ਸਾਹਿਬ ਅਸਾਂ ਤਾਂ ਕੁਰਾਨ ਪੜ੍ਹਿਆ ਅਸਾਂ ਤਾਂ ਕੁਰਾਨ ਪੜ੍ਹਿਆ ਸਾਨੂੰ ਫੀਤੇ ਮਾਰਨ ਦੀ ਲੋੜ ਕੋਈ ਨਹੀਂ ਨਾ ਗਿੱਠਾ ਮਾਰਨ ਦੀ ਲੋੜ ਹੈ ਉਹ ਮਾਰਨ ਜਿਹਨੂੰ ਆਪਣੇ ਅਕੀਦੇ ਤੇ ਸ਼ੱਕ ਹੈ ਉਹ 1500 ਮੀਲਾਂ ਦਾ ਪਿੰਡ ਸੀ 1500 ਸੂਫੀ ਸਾਹਿਬ 1500 ਮੀਲ ਤਾਂ ਸੁਲਮਾਨ ਪੈਗੰਬਰ ਆਖਿਆ ਉਹ ਮੇਰੇ ਨੌਕਰੋ ਹੁਣ ਤਾਈ ਲੰਗਰ ਖਾਧਾ ਜੇ ਅੱਜ ਤੁਹਾਡੀ ਮਦਦ ਦੀ ਲੋੜ ਪੈ ਗਈ ਹੈ ਹੌਲੀ ਹੌਲੀ ਅੱਲਾਹ ਕੇ ਸਿਵਾ ਕਿਸੀ ਸੇ ਮਦਦ ਨਹੀਂ ਮੰਗਣੀ ਚਾਹੀਏ ਤੂੰ ਮਾਦ ਅੱਲਾ ਨਬੀ ਨਾਲੋਂ ਬਾਲਾ ਪੜ ਗਿਆ ਕਾਲ ਯਾ ਅਯੂ ਹਲ ਮਲਾ ਸਾਡੇ ਪੀਰ ਭਾਈ ਮੁਹੰਮਦ ਅਕਰਮ ਰਜ਼ਵੀ ਮੇਰੀ ਮੁਲਾਕਾਤ ਕੋਈ ਨਹੀਂ ਬਸ ਉਹਨਾਂ ਦੀ ਆਵਾਜ਼ ਸੁਣੀਏ ਇੰਜ ਜਿਹੜਾ ਪੜ੍ਹਦਾ ਕੁਰਾਨ ਉਹ ਪੜ੍ਹੇ ਜਿਹਦੇ ਸੀਨੇ 'ਚ ਕੁਰਾਨ ਵਾਲੇ ਦੀ ਮੁਹੱਬਤ ਹੋਵੇ ਇਕਬਾਲ ਆਖਿਆ ਨਹੀਂ ਨਿਗਾ ਇਸ਼ਕ ਮਸਤੀ ਮੇ ਵਹੀ ਅਵਲ ਵਹੀ ਆਖਿਰ ਵਹੀ ਤਾਹਾ ਵਹੀ ਫਰਮਾ ਸੀਨੇ 'ਚ ਹਜ਼ੂਰ ਦਾ ਇਸ਼ਕ ਰੱਖ ਹੀ ਸਕ ਫਿਰ ਕੁਰਾਨ ਪਾਕ ਦੇ ਹਰ ਲਫ਼ਜ਼ ਵਿੱਚੋਂ ਤੈਨੂੰ ਸੋਹਣੇ ਆਕਾ ਦੀਆਂ ਸ਼ਾਨਾਂ ਦੇ ਜਲਵੇ ਤੇ ਜਿਹੜਾ ਅੰਦਰ ਹਨੇਰਾ ਹੀ ਹਨੇਰਾ ਹੈ ਉਹਨੇ ਇੱਥੋਂ ਪੜ੍ਹਨਾ ਇਸ ਐਸੇ ਯੇ ਸਾਬਿਤ ਹੁਆ ਇਸ ਐਸੇ ਯੇ ਸਾਬਿਤ ਹੁਆ ਇਸ ਐਸੇ ਯੇ ਤੂੰ ਇਹ ਸਾਬਤ ਕਰਦਾ ਰਹਿ ਜੇ ਸਾਬੀ ਸਾਹਿਬ ਹਲੇ ਮੌਲਵੀ ਨੇ ਸਾਬਤ ਕਰ ਰਹੇ ਨੇ ਇਸ਼ਕ ਦੇ ਚੱਲੇ ਨੰਬਰ ਲੈ ਗਏ ਅਕਲ ਮੰਦਾ ਨੇ ਉਮਰਾਂ ਗਾਲੀਆਂ ਇਸ਼ਕ ਦੇ ਚੱਲੇ ਇਵੇਂ ਨਹੀਂ ਆਖਿਆ ਇਕਬਾਲ ਨੇ ਇਸ਼ਕ ਦੀ ਬਾਜ਼ੀ ਦਰਖਾਣੇ ਦਾ ਪੁੱਤਰ ਲੈ ਗਿਆ ਅਸੀਂ ਤੇ ਖਾਲੀ ਫਲਸਫੇ ਲਿਖਦੇ ਰਹੇ ਐਵੇਂ ਗੱਲ ਨਹੀਂ ਐਵੇਂ ਗੱਲਾਂ ਹੀ ਕਰਦੇ ਰਹੇ ਅੱਲਾਹੁ ਅਕਬਰ ਸੁਲਮਾਨ ਪੈਗੰਬਰ ਆਖਿਆ ਬਿਰਾ ਤਖਤੇ ਬਲਕੀਸ ਮੈਨੂੰ ਚਾਹੀਦਾ ਤੇ ਉਸ ਜ਼ਨਾਨੀ ਦੇ ਆਉਣ ਤੋਂ ਪਹਿਲੇ ਪਹਿਲੇ ਚਾਹੀਦਾ ਅੱਲਾਹ ਪਾਕ ਤੇ ਨਹੀਂ ਆਖਿਆ ਮੇਰੇ ਨਬੀ ਇਹ ਕਿਹੀ ਗੱਲ ਪੈ ਕਰਦੇ ਹੋ ਤੁਹਾਨੂੰ ਤਖਤ ਦੀ ਕਿਹੜੀ ਲੋੜ ਹੈ ਜੇ ਲੋੜ ਵੀ ਹੈ ਤਾਂ ਮੈਂ ਸ਼ਾਹ ਰਗ ਤੋਂ ਨੇੜੇ ਹਾਂ ਮੈਨੂੰ ਆਖ ਵੀ ਯਾ ਅੱਲਾ ਮੈਨੂੰ ਤਖਤ ਚਾਹੀਦਾ ਮੈਨੂੰ ਮੰਗਵਾ ਦੇ ਇਹ ਜਿਹੜੇ ਤੁਹਾਡੇ ਬੂਹੇ ਤੇ ਬਹਿਣੇ ਵਾਲੇ ਕਦਮਾਂ 'ਚ ਬਹਿਣੇ ਵਾਲੇ ਇੰਨਾ ਉੱਥੋਂ ਕਿਵੇਂ ਲਿਆ ਉਹ ਤੇ ਆਈ ਖੜੀ ਹੈ ਉਹ ਤੇ ਇੱਕ ਕਿੱਲਾ ਵੀ ਨਹੀਂ ਰਹਿ ਗਿਆ ਤੇ ਉਹ 1500 ਮੀਲਾਂ ਤੋਂ ਤਖਤੇ ਬਲਕੀਸ ਇਹਦੇ ਆਉਣ ਤੋਂ ਉਹ ਤੇ ਪਹੁੰਚ ਗਈ ਹੈ ਉਹ ਤੇ ਬਿਲਕੁਲ ਤੁਹਾਡੇ ਪਿੰਡ ਦੀ ਨੁੱਕਰ 'ਚ ਵਾੜੀ ਆਈ ਹੈ ਬਲਕੀਸ ਉਹ 1500 ਮੀਲਾਂ ਤੇ ਇੱਥੋਂ ਉੱਠ ਕੇ ਜਾਏਗਾ ਉਹਨੇ ਤੇ ਆ ਜਾਣਾ ਅੱਲਾ ਦੇ ਨਬੀ ਆਖਿਆ ਮੈਨੂੰ ਜਲਦੀ ਚਾਹੀਦੀ ਹੈ ਫਿਰ ਬਾਬਾ ਜਿਨ ਬੋਲਿਆ ਜਿਨ ਭੂਤ ਵੱਡਾ ਜਿਨਾਂ ਦਾ ਪਿਓ ਇਫਰੀਤੁਮ ਮਿਨਲ ਕਿਤਾ ਅਨਾ ਇਫਰੀਤੁਮ ਮਿਨਲ ਜਿਨ ਮੈਂ ਲਿਆਨਾ ਉਹ ਫਰਮਾ ਖੜੋ ਤੂੰ ਲਿਆਨਾ
तू टाइम ज्यादा लाना है, मैंने सुनालो सारे माशाल्लाह मोहब्बत आले पी सैयद अनायत अली शाहजाद नजर बुजुर्ग दी निगाह सारे समझदार बैठे मोहब्बत आले। कसम नाल बंदे नु मान होवे ना ता ही अगली गल दा रद करके अगे हुक्म दिता जांदा है। हुण मैं जितने तुसी बैठे हो मैं हाजी साहब याद न देख चा लिया यार ए भाई रुठने पलवान जिसम भी माशल ए तुर जांदे लैण हाजी साहब को नहीं आखना पर तुसी बाबा तुसे ढिल लाउणी है कोई होर वंजे आई साहब नु पता होएगा इन दोवां बिरावां दा कोई जोड़ी होर भी इत्थे है तवल ते आक्षण जे पता भाई बाकी सारे इन्हां दे कच्छे कच्छे छड़े न मेरे जड़े या मैं तुसी बैठो माशाल्लाह होर भी बिच ऐसे मादर बैठन भाई उरी तो फिर गल अग ता जानी ना हुण जरा थोड़े जे समझियो हजरत सुलेमान पैगंबर ने मोहतरम अमजद साहब जिंदी गल नु रद करके दसिया है लोगों मैं अपने गुलामा दी रग रग जानना जिथे इदा दिल खत्म होएगा विच एक और भी है ओदी ताकत शुरू होएगी जे सुलेमान पैगंबर अपने गुलामा दी रग रग जानते ने ते आमिना दा लाल कोटा दी वाले के मैंने जानदा होएगा जोर लाल दा नारा ला के जिंदाबाद छड़ तू फिर कबरियो ते लानत पा एवे ना मुल्ला दी गल्ला जा जा कर। हजूर ने फरमाया अली कहां है अली एक पैर चुकया एक मदीने विच ते दूआ खैबर विच मैं गल जान के कीती है तुहानु पता लग गया जेड़े आदे ने गौस पाक यारवीं आले पीर बेड़ा किवें तारिया जमात अली ने मुरीद नु पानी चुके में कढ़ लिया मेहर अली अखा बंद करके मदीने किवें अपड़ा छड़िया दाता साहब ने लाहौर विच काबा किवें बहा गल्ला होंदियां कि नहीं होंदियां जेड़ा आज तो बाद तुहानु ये गल कवे ओनू कह चुप कर पहले दस तख्ते बलकीस किवें आया तू ऐ समझा दे यारवीं आले पीर को बेड़ा मैं तरवा के बखाना तू ऐ मन दस तख्ते बलकीस किवें आया तो कह लिया बोल दे नहीं बेटा कुछ नहीं कर सकता इतने इंज ना मशीन रखी हुई ना नब्बे